गुड मॉर्निंग ਸਾਰਿਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿੱਧੂ ਰੇਂਜ ਵਾਲਾ ਵਲੌਗ 'ਚ। ਉਮੀਦ ਕਰਦੇ ਸਾਰੇ ਵਧੀਆ ਹੋਵੋਗੇ। ਆਪਾਂ ਘੈਂਟਾ ਹੀ ਬਹੁਤ ਟਾਈਮ ਬਾਅਦ ਮੋਬਾਈਲ ਚੱਕਿਆ ਤੇ ਵਲੌਗਿੰਗ ਸ਼ੁਰੂ ਕੀਤੀ ਆ। ਉਹਦਾ ਵੱਡਾ ਰੀਜ਼ਨ ਹੈ ਕਿ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਂਦੇ ਆ। ਨਵੀਂ ਚੀਜ਼ ਹੈਗੀ ਜੀ ਆਪਣੀ ਆਹ ਜੀਪ, ਤੇ ਆਪਾਂ ਲਿਆਂਦੀ ਆ ਜੀਪ ਤੇ ਆਪਣੇ ਕੋਲੇ ਰੇਂਜ ਵੀ ਹੈਗੀ ਆ। ਆਹ ਗੱਡੀ ਵੀ ਹੈਗੀ ਆ, ਕਿਹੜੀ ਸੀ ਦੂਜੀ ਆਪਣੀ ਭੁੱਲੀ ਆ, ਜੈਗੁਆਰ ਉਹ ਵੀ ਹੈਗੀ ਆ। ਬਸ ਆਪਾਂ ਜੀਪ ਬਣਾਉਣੀ ਸੀ, ਤੁਹਾਨੂੰ ਇਹ ਦਿਖਾਉਣੀ ਆ ਤੇ ਇਹਦੇ 'ਤੇ ਥੋੜ੍ਹਾ ਜਿਹਾ ਕੰਮ ਕਰਾਉਣਾ। ਬਾਕੀ ਸ਼ੀਸ਼ੇ ਇਹਦੇ ਹੈਗੇ ਨੇ, ਪਹਿਲੇ ਟਿੰਟ ਜਿਵੇਂ ਆਪਾਂ ਕਰਾਉਂਦੇ ਨੇ ਡਾਰਕ, ਠੀਕ ਹੈ। ਅਤੇ ਵੀਲ ਨਹੀਂ ਹੈਗੇ ਪਰ ਟਾਇਰ ਸੋਹਣੇ ਲੱਗਦੇ ਨੇ ਪਏ। ਵੀਲ ਆਪਾਂ ਥੋੜ੍ਹੇ ਟਾਈਮ ਤਾਂ ਪਵਾਵਾਂਗੇ। ਅਤੇ ਬਾਕੀ ਸਿਸਟਮ ਲੱਗਿਆ ਹੋਇਆ ਇਹਦੇ 'ਚ, ਉਹ ਤੁਹਾਨੂੰ ਫਿਰ ਦਿਖਾਉਂਦੇ ਆ। ਸੋ ਅੰਦਰੋਂ ਥੋੜ੍ਹਾ ਜਿਹਾ ਕੰਮ ਕਰਾਉਣਾ ਆਪਾਂ ਇਹਦਾ, ਜਿਵੇਂ ਕਿ ਉਹ ਸਾਹਮਣੇ ਸਕਰੀਨ ਲੱਗੀ ਆ। ਅਤੇ ਇਹਦੇ 'ਚ ਐਪਲ ਪੇ ਚੱਲਦਾ ਪਰ ਆਪਾਂ ਇਹਦੇ 'ਚ ਫਿੱਟ ਕਰਾਉਣਾ, ਉਹ ਮੰਗਵਾਇਆ ਹੋਇਆ ਉਹ ਤੁਹਾਨੂੰ ਦਿਖਾਉਂਦਾ ਮੈਂ। ਅਤੇ ਬਾਕੀ ਗੁੱਡ ਆ ਜੀ, ਗੇੜੀ ਛੇੜੀ ਵਾਸਤੇ ਰੱਖੀ ਆ। ਸੋ ਚਲੋ ਫਿਰ ਕਰਦੇ ਹਾਂ ਇਹਦੀ ਵੀਡੀਓ ਸਟਾਰਟ ਅਤੇ ਮਾਰਦੇ ਹਾਂ ਸੈਲਫ। ਇਹ ਆ ਜੀ ਆਪਣਾ ਸਕਰੀਨ ਜਿਹੜੀ ਆਪਾਂ ਆਹ ਜਗ੍ਹਾ 'ਤੇ ਲਾਉਣੀ ਆ। ਇਹ ਤੁਹਾਨੂੰ ਕੱਢ ਕੇ ਦਿਖਾ ਦਿੰਦੇ ਹਾਂ, ਲਓ ਜੀ ਆਹ ਵਾ। ਅਤੇ ਰਿਵਰਸ ਕੈਮਰਾ ਵੀ ਉਹਦੇ ਨਾਲ ਮਿਲਿਆ ਵਾ, ਵੈਸੇ ਇਹ 'ਚ ਲੱਗਿਆ ਹੋਇਆ ਵਾ। ਆਪਾਂ ਦੇਖਦੇ ਹਾਂ ਕਿ ਨਵਾਂ ਲਾਉਂਦੇ ਹੈਗੇ, ਅਤੇ ਜੇ ਲੱਗ ਗਈ ਤਾਂ ਇੱਥੇ ਲੱਗੂਗੀ, ਪੂਰੀ ਵਧੀਆ ਲੁੱਕ ਆਜੂਗੀ। ਅਤੇ ਬਾਕੀ ਇਹਦੇ ਆਪਾਂ ਆਪ ਹੀ ਮੰਗਵਾ ਰੱਖੇ ਨੇ, ਜਿਹੜੇ ਕੀ ਕਹਿੰਦੇ ਨੇ ਟਰਬਾਈਨ ਵਾਲੇ ਵੈਂਟ ਕਹਿ ਦਿੰਦੇ ਨੇ, ਜਾਂ ਇਹ ਮਰਸੀਡੀਜ਼ ਵਾਲੇ ਵੈਂਟ ਕਹਿ ਦਿੰਦੇ ਆ, ਤਾਂ ਉਹ ਆ ਚੇਂਜ ਕਰਕੇ ਇੱਥੇ ਲੱਗ ਜਾਣਗੇ। ਉਹ ਵੀ ਔਡਰ ਕੀਤੇ ਹੋਏ ਨੇ, ਉਹ ਵੀ ਆ ਜਾਣਗੇ। ਅਤੇ ਬਾਕੀ ਇਹ ਤੇਜਿੰਦਰ ਨੂੰ ਦੇ ਕੇ ਆਉਣੀ ਆ, ਉਹ ਫਿੱਟ ਕਰੂਗਾ, ਕਹਿੰਦਾ ਸੀ ਮੈਂ ਕਰ ਦੂੰਗਾ, ਜਦੋਂ ਹੋ ਗਿਆ ਤਾਂ ਠੀਕ ਆ, ਨਹੀਂ ਤਾਂ ਫਿਰ ਆਪਣੇ ਬਾਈ ਹੈਗੇ ਉਹਨਾਂ ਨੂੰ ਕਰਾ ਲਾਂਗੇ। ਸੋ ਚਲੋ ਦੇਖਦੇ ਹਾਂ ਕਿਵੇਂ ਦੀ ਲੁੱਕ ਆਉਂਦੀ ਆ। ਅਤੇ ਹੁਣ ਚੱਲਦੇ ਹਾਂ ਜਿਮ, ਪਰ ਉਹਦੇ ਤੋਂ ਪਹਿਲਾਂ ਕਿਉਂਕਿ ਆਪਾਂ ਬੈਠੇ ਰੇਂਜ 'ਚ ਲੈ ਕੇ ਜਾਣੀ ਆਪਾਂ ਜੀਪ। ਸੋ ਆਪਣਾ ਸਮਾਨ ਇਹ ਸਾਰਾ ਚੱਕ ਕੇ ਦੂਜੀ ਗੱਡੀ 'ਚ ਰੱਖ ਲਈਏ। ਅਤੇ ਬਾਕੀ ਤੁਹਾਨੂੰ ਜੇ ਐਵਰੇਜ ਦਿਖਾਵਾਂ ਇਹਦੀ, ਤੁਹਾਨੂੰ ਆਪਾਂ ਸਟਾਰਟ ਕਰਦੇ ਹਾਂ, ਤੁਸੀਂ ਹੈਰਾਨ ਹੋ ਜਾਓਗੇ। ਆਹ ਦੇਖੋ ਜੀ, 20 ਲੀਟਰ, ਆਲਮੋਸਟ 20 ਲੀਟਰ 100 ਕਿਲੋਮੀਟਰ ਜਾਂਦੀ ਆ। ਅਤੇ ਤੁਸੀਂ ਹਿਸਾਬ ਲਾ ਲਓ, ਮੀਨਸ ਕਿ 5 ਕੁ ਦੀ ਐਵਰੇਜ ਆ ਇਹਦੀ ਬਸ। ਸੋ ਹੈਗੀ ਪੈਟਰੋਲ ਆ, ਪਰ ਗੇੜੀ ਛੇੜੀ ਨੂੰ ਵਧੀਆ। ਲਓ ਜੀ ਮਾਸਟਰ ਜੀ ਆ ਗਏ ਨੇ, ਇੱਦਾਂ ਜਨਾਬ ਕਿੱਦਾਂ ਲੱਗਦੀ ਆ? ਵਧੀਆ ਲੱਗ ਰਹੀ ਆ, ਵਧਾਈਆਂ ਦੇ ਰਹੇ ਹੋ। ਗੰਦੀ ਆ ਥੋੜ੍ਹੀ ਜਿਹੀ, ਧੋਣ ਵਾਲੀ ਆ। ਮਾਰਨੀ ਆ ਕਿਹੜੀ? ਧਵਾ ਕੇ ਲਿਆ ਚਲੋ, ਗਿੜੀ ਮਾਰ ਲਓ ਫਿਰ, ਲਵੜੋ ਚਾਬੀ ਚਲਾ ਕੇ ਤਾਂ ਦੇਖੋ। ਆ ਜਾਓ ਬਹਿਣੇ, ਮੈਂ ਵੀ ਨਾਲ। ਲਓ ਜੀ ਸਿੱਧੂ ਗਿੜੀ ਮਾਰਨ ਲੱਗੇ ਨੇ। ਆ ਤੌਲੀਆ ਦਾ ਥੱਲੇ ਲਾ ਦੇ ਵੀਰੇ, ਜਿਮ ਜਾਣਾ ਮੰਨਿਆ ਹੈ। ਆ ਤੇ ਐਵਰੇਜ ਲਿਖਦੀ ਆ, ਐਵਰੇਜ 20 ਲੀਟਰ 'ਚ 100 ਕਿਲੋਮੀਟਰ ਬਸ। ਲਾ ਲਈਏ 20 ਲੀਟਰ 'ਚ, ਯੈਸ। ਪੰਜ ਦੀ ਐਵਰੇਜ ਬਣਦੀ ਆ, ਕਿੱਥੇ ਤਾਂ ਡੀ ਹੋ ਗਿਆ ਬਸ। 2 ਕੀ ਆ ਉਹ? ਮੈਨੂੰ ਪਤਾ ਜਿਹੜੇ ਹੁੰਦੇ ਨੇ ਗੇਅਰ ਛੋਟੇ ਵੱਡੇ, ਹੈਂਡ ਬ੍ਰੇਕ ਤਾਂ ਮੈਂ ਕਰਦੇ, ਬੈਲਟ ਤਾਂ ਲਾ ਲਾ। ਜੀਪ ਦੇ ਚਾਰਜ ਬੈਲਟ ਲਾਉਣੀ ਭੁੱਲ ਗਿਆ, ਰੂਲ ਐਂਡ ਰੈਗੂਲੇਸ਼ਨ ਹੈ। ਚਲੋ ਜੀ ਅਸੀਂ ਮਾਰਦੇ ਗੇੜੀ ਤੇ ਰੀਵਿਊ ਲੈਂਦੇ ਹਾਂ। ਥੋੜ੍ਹੀ ਭਾਰੀ ਭਾਰੀ ਲੱਗਣੀ, ਵੱਡੇ ਟਾਇਰ ਨੇ ਇਹਦੇ, ਕੈਮਰੀ ਵਾਲਿਆਂ ਨੂੰ ਹਿਸਾਬ ਨਹੀਂ ਆਉਣਾ। ਕਟਾਈ ਥੋੜ੍ਹੀ ਘੱਟ ਹੈ ਇਹਦੀ, ਇਹਦਾ ਬੱਚੇ ਮਾਰੀ ਕਿਸੇ ਦੇ ਹਿਸਾਬ ਨਾਲ। ਹਾਂਜੀ ਮਾਸਟਰ ਜੀ ਕਿੱਦਾਂ ਲੱਗ ਰਹੀ ਆ? ਬਹੁਤ ਵਧੀਆ, ਉੱਚੀ ਬੋਲੋ, ਆਵਾਜ਼ ਨਹੀਂ ਆਉਣੀ ਉਹ 'ਚ। ਬਹੁਤ ਹੀ ਜ਼ਿਆਦਾ ਵਧੀਆ, ਬਹੁਤ ਹੀ ਜ਼ਿਆਦਾ ਵਧੀਆ। ਚਲੋ ਠੀਕ ਹੈ, ਬਾਕੀ ਤੁਸੀਂ ਦੇਖੋ ਨਜ਼ਾਰੇ ਲੈ ਰਹੇ ਹਾਂ ਪੂਰੇ। ਕਾਲੇ ਸ਼ੀਸ਼ੇ ਦਾ ਨਜ਼ਾਰਾ ਹੈ ਨਾ, ਧੁੱਪ ਧੱਪ ਜਮਾਂ ਨਹੀਂ ਪੈਂਦੀ ਨਜ਼ਾਰਾ, ਬਸ ਆਹ ਅੜਿੱਕਾ ਪੈਂਦਾ ਸਾਨੂੰ। ਇੱਥੇ ਫਿੱਟ ਕਰਾ ਦਈਏ ਇੱਕ ਵਾਰੀ, ਅਤੇ ਆਹ ਦੇਖੋ ਕਿੰਨਾ ਫਰਕ ਹੈ ਜੀ। ਆਹ ਫਰੰਟ 'ਤੇ ਕੋਈ ਸ਼ੀਸ਼ਾ ਕਾਲਾ ਨਹੀਂ, ਇੱਧਰ ਕਾਲਾ, ਆਹ ਫੁੱਲ ਜਿਹਾ, ਅਤੇ ਪਿੱਛੇ ਵਾਲਾ ਦੇਖੋ ਪੂਰੇ ਫੁੱਲ ਡਾਰਕ। ਲਓ ਜੀ ਅਸੀਂ ਪਹੁੰਚ ਗਏ ਹਾਂ ਬਿਗ ਡਬਲਿਊ ਜਿਮ 'ਚੋਂ, ਅਤੇ ਲੈਣਾ ਜਿਮ ਦਾ ਸਮਾਨ। ਮਾਸਟਰ ਜੀ ਕੀ ਲੈਣਾ ਆ? ਟੇਬਲ ਬੈਂਚ ਜੀ, ਦੇਖਦੇ ਹਾਂ ਮਿਲਦਾ ਕਿ ਨਹੀਂ। ਉਹ ਸਾਹਮਣੇ ਲਿਖਿਆ ਜੀ ਸਪੋਰਟਸ, ਤੁਹਾਨੂੰ ਸ਼ਾਇਦ ਦਿਖਦਾ ਨਾ ਹੋਵੇ, ਉਹ ਜਗ੍ਹਾ 'ਤੇ ਮਿਲੂਗਾ। ਡਾਈਸਨ ਦਾ ਵੈਕਿਊਮ ਲੱਭਿਆ ਕਿ ਨਹੀਂ? ਲਓ ਜੀ ਸਾਈਕਲ ਹੀ ਸਾਈਕਲ ਖੜ੍ਹੇ ਨੇ ਅਸੀਂ, $200 ਦਾ ਗੇਰਾਂ ਵਾਲਾ ਸਾਈਕਲ, ਸਾਡਾ ਛੋਟਾ ਲਿਆ ਸੀਗਾ, ਅਸੀਂ ਪਏ ਨੇ ਘਰੇ ਇੱਕ ਦਿਨ ਲੈ ਗਿਆ ਇੱਥੋਂ, ਬਸ ਗਰਾਜ 'ਚ ਹੀ ਖੜ੍ਹੇ ਨੇ। ਨਹੀਂ ਹੈਗਾ ਟੇਬਲ, ਹੋਊਗਾ। ਲਓ ਜੀ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਆ, ਸਾਈਕਲ ਤਾਂ ਜਿਹੜਾ ਹੈਗਾ ਹੀ ਹੈਗਾ ਸਾਈਕਲ ਵਰਗਾ, ਅਤੇ ਆਹ ਦੇਖੋ ਇੱਕ ਛੋਟਾ ਜਿਹਾ ਤੁਸੀਂ ਪੈਰਾਂ 'ਚ ਰੱਖ ਕੇ ਅਤੇ ਪੈਡਲਿੰਗ ਕਰ ਸਕਦੇ, ਜਿਵੇਂ ਮੋਮ ਡੈਡ ਜਿਹੜੇ ਹੈ ਨਾ ਕਿ ਆਪਦੇ ਰੂਮ 'ਚ ਰੱਖ ਕੇ ਉਹਨਾਂ ਨੇ ਕਰਨਾ ਹੋਵੇ, ਅਤੇ ਓਨਲੀ $69 ਦਾ ਲੱਗਿਆ ਹੈ।
ਵਧੀਆ ਨਾ ਜੇ ਤੁਸੀਂ ਆਪਦੇ ਕਮਰੇ 'ਚ ਰੱਖਣਾ ਗਾ ਐਡੇ ਝੰਝੜੇ ਜੇ ਨਾਲੋਂ ਜਾਂ ਆਹਦੇ ਨਾਲੋਂ ਆਹ ਨਿਕਾ ਜਿਹਾ ਵਧੀਆ ਅਤੇ ਸਾਨੂੰ ਟੇਬਲ ਤਾਂ ਲੱਭਿਆ ਨਹੀਂ ਆਹ ਲੱਭਿਆ ਇੱਕ ਪਰ ਇਹ ਪੂਰਾ ਸੈੱਟ ਆ ਇਹ ਹੈਗਾ 129 ਦਾ ਅਸੀਂ ਘੁੰਮਦੇ ਫਿਰਦੇ ਪਹੁੰਚ ਗਏ ਜੀ ਬੂਲਬਰਥ ਅਤੇ ਇੱਥੇ ਦੇਖੋ ਸਮਾਨ ਇੰਡੀਆ ਵਾਲਾ ਮਿਲਦਾ ਪਾਣੀਪੁਰੀ ਪਰ ਤੁਸੀਂ ਡਰ ਦੇਖਣੇ ਲੈ ਕੇ ਜਾਣੀ ਆ ਅਤੇ ਲਿਜਾ ਸਕਦਾ ਬਾਕੀ ਮੈਂਗੋ ਉਹ ਆ ਪੀਣੀਆਂ ਕੀ ਕਹਿੰਦੇ ਨੇ ਫਰੂਟੀ ਹੁੰਦੀ ਜਿਹੜੀ ਆਪਣੀ ਆਹ ਵੀ ਪਈ ਆ ਲਓ ਜੀ ਅਸੀਂ ਸ਼ਿਫਟ ਫਿਨਿਸ਼ ਕਰਕੇ ਆਏ ਸੀ ਅਤੇ ਆਹ ਆਪਣੀ ਜੀਪ ਖੜੀ ਆ ਅਤੇ ਅੰਦਰ ਬੈਠਾ ਤਜਿੰਦਰ ਇੱਦਾਂ ਜਨਾਬ ਕੀ ਹਾਲ ਨੇ ਕਿਆ ਬਾਤ ਹੈ ਕਰਤਾ ਫਿੱਟ ਯੋ ਲਓ ਜੀ ਇਹਦੇ ਬਾਰੇ ਸਾਨੂੰ ਗੱਲ ਕਰਦੇ ਸੀਗੇ ਫਿੱਟ ਕਰਤਾ ਸੀ ਅਤੇ ਬਾਕੀ ਕੁਛ ਦਿਖਾ ਦਿੱਤਾ ਸੀ ਹੋਰ ਹੋਮ ਬਟਨ ਕਿ ਕੁਛ ਸੈਟਿੰਗ ਕਰ ਰਿਹਾ ਦੇ ਰਹੇ ਮੈਂ ਸੈਟਿੰਗ ਕਰਕੇ ਅੱਛਾ ਚਲੋ ਬਾਕੀ ਤੁਹਾਨੂੰ ਕਿਤੇ ਦਿਖਾਉਂਦੇ ਸੀ ਕਹਿੰਦਾ ਕਰ ਲਈਏ ਸੈਟਿੰਗ ਅੱਛਾ ਇਹੋ ਜਿਹਾ ਹੈ ਆ ਗਿਆ ਫਿੱਟਾਂ ਫਿੱਲ ਹੁੰਦਾ ਤਾਂ ਨਹੀਂ ਬਸ ਪੂਰਾ ਵਧੀਆ ਮੈਂ ਤੁਹਾਨੂੰ ਓਕੇ ਠੀਕ ਹੈ ਆਹ ਵਧੀਆ ਵਾਈਟ ਲਾਈਟਾਂ ਨੇ ਬਲੌਗਿੰਗ ਕਰਨ ਲਈ ਥੋੜ੍ਹਾ ਈਜ਼ੀ ਹੋ ਜਾਂਦਾ ਈਜ਼ੀ ਹੋ ਜਾਂਦਾ ਈਜ਼ੀ ਇਹ ਹੋਏ ਨੈਕਸਟ ਡੇ ਅਤੇ ਸਿੱਧੂ ਆਉਣ ਗੇੜੀ ਅਸੀਂ ਚੱਲੇ ਸੀ ਥੋੜ੍ਹਾ ਜਿਹਾ ਕੰਮ ਆ ਘਰ ਥੋੜ੍ਹਾ ਜਿਹਾ ਗੈਸਟ ਆ ਰਹੇ ਨੇ ਤਾਂ ਉਹ ਖਾਣ ਪੀਣ ਦਾ ਸਮਾਨ ਲੈਣ ਚੱਲੇ ਥੋੜ੍ਹੇ ਜਿਹੇ ਨਹੀਂ ਸਾਰੇ ਆ ਰਹੇ ਨੇ ਸਾਰੇ ਤਾਂ ਨਹੀਂ ਆ ਰਹੇ ਥੋੜ੍ਹੇ ਜਿਹੇ ਆ ਰਹੇ ਥੋੜ੍ਹੇ ਜਿਹੇ ਆ ਰਹੇ ਸੋ ਉਹਦੇ ਵਾਸਤੇ ਚੱਲੇ ਅਸੀਂ ਬਾਕੀ ਤੁਹਾਨੂੰ ਤਾਂ ਕੱਲ੍ਹ ਦਿਖਾਈ ਦਿੱਤਾ ਸੀਗਾ ਸਾਡਾ ਸਿਸਟਮ ਵਧੀਆ ਚੱਲਦਾ ਥੋੜ੍ਹੀ ਜਿਹੀ ਮਤਲਬ ਇਹ ਸਮਝਣ ਦੀ ਲੋੜ ਹੈ ਨਾ ਥੋੜ੍ਹਾ ਸਮਝਣਾ ਪੈਣਾ ਹੀ ਆ ਵੀ ਕਨੈਕਟ ਕਿਵੇਂ ਹੁੰਦਾ ਉਹ ਹੁੰਦਾ ਪਰ ਆਲਮੋਸਟ ਆਲ ਡਨ ਵਧੀਆ ਚੱਲਦਾ ਸੋਹਣਾ ਹਾਂ ਲੁੱਕ ਲੁੱਕ ਤੁਸੀਂ ਦਿਖਦੀ ਹੋਣੀ ਹੈ ਘੈਂਟ Each and every one of you, I need 8,000 of you to start your flashlights and get ready for this last entry. And with a loud roar, we have to welcome him, right? Remember, remember that's the cue. With a loud roar, please welcome.
इस क्लिप तो पहले ही तुम दिलजीत शो का क्लिप देख ही लिया, शो बहुत वधिया सी जी, कैंट सी पूरा। तो मतलब मेरा पहला शो सर, मैं किसी सिंगर का देखा हो मतलब बेस्ट सगा, एक दिलजीत शो हो जरूर देखने जाओ, नज़ारा आ जाता। तो बाकी आप चलें जी रूट कनाल वास्ते, ये तीजी सिटिंग है, मतलब कि तीन हर हफ्ते जाना पैदा, ये तीजा वीक है, तो हजे भी प्रोसैस चल रहा, मतलब चार बार कहना, चार बार जाना पेगा, पैसा चंगा लग रहा अपना कम हो गया रूट कनाल वाला, तो वाह पैसे लग गए की दसने तुम, हजे होर लगने ने कहने क्राउन लगना कुछ, तो वह भी लंबा चौड़ा खर्चा, क्राउन का फिलिंग फुलिंग ये वाह 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 बहुत महंगा इतने कम दंदा का। मैंने हम बोलने जो थोड़ा जहाँ लग रहा है, क्योंकि इन्ना जगह सुन की हुई है, तो मैं जाना हेयर कट वास्ते, तो दाढ़ी कटानी है। हम मैंने नहीं समझ आता कि कटाई जा सकती है कि नहीं, देखने को तो नहीं लगता कुछ भी, पर मैनू फील होता कि अड्डा बुल हो मेरा। सो देखते हैं जाने कि नहीं जाते। आप जी हेयर कट वास्ते नहीं गए, पर आप पहुँच गए जी कैडरन, जिथे अपना नवा रेस्टोरेंट बन रहा, तो आ सामने लगे जी बोर्ड, ठीक है जी, तुम लोकेशन दिखा देने पूरी नाल, ये हैगा आ जाना छोटा समान चक्की स्पाइस ऑफ इंडिया वुड फायर पिज़्ज़ा, ठीक है जी, अपना रेस्टोरेंट, तो सामने है जी कोल्स, यह है गिंपी रोड मेन रोड, तो आ है जी कार वॉश, तो आप कार वॉश करवाते रहे, अगर इतने वेट करनी पैनी थी काफ़ी टाइम, तो हूँ अपना रेस्टोरेंट है, इतने कार खड़ा के इतने आया करेंगे, चाबी रह गई अंदर, नहीं गल ओके नहीं होंगी, तो उन्होंने अंदरों दिखाने किन्ना क रेडी हो गया खड़ी अपने वाली, हाँ खड़ी आती अंदर वाली, बनया कुछ। हेलो ब्रदर हाउ यू, ये लुक्स नाइस, आई लुक्स नाइस, लो जी तैयार हो रहा हजे, अरे काम चलता पे, हाँ अपना बाहर आ गया जी, अपना मतलब मैं तो पैदा पींदा नहीं, पर बाहर आ गया, बाकी तुम रेडी हुए चंगी तरह दिखावे, हजे चलता पे है, लुक्स वेरी नाइस, लटा लुटा झूमर झामर लग गए मेन रोड के उपर जी, बिल्कुल इतना तुम देख सकते हो कोल्स का पंप, कोल्स बिल्कुल ऑपोजिट। फाइनली आप घर आ गए, स्टिल अजय थोड़ा जहा नम जहा है, सुनना थोड़ा जहा बोलने लगे थोड़ा औखा लगता, हेयर कट हो गया ऑल डन, तो बाबा टाइम बाद वीडियो बनाई है, तो एडिट करनी पता नहीं मैं भुल ही नहीं गया, हम फाइनल कट प्रो तो करके देखा हो जूगी, कोई चक्कर नहीं है, माड़ा मोटा लग के सैटिंग कर लेंगे, तो बाकी ठीक है जी, अगली वीडियो जो बनाई तो जरूर मिलेंगे, तो जे वधिया लगी तो लाइक शेयर तो चैनल सबसक्राइब कर दो, मिल जाएंगे किसी अगली वीडियो, तद तक लिए।